ਕਿੱਦਾਂ ਭਲਵਾਨ ਵੀਰ, ਬੈਕ ਹੇਅਰ ਅਗੇਨ ਵਿਦ ਦਾ ਨਿਊ ਤੇ ਘੈਂਟ ਜੀ ਵੀਡੀਓ। ਤੇ ਅੱਜ ਦੀ ਵੀਡੀਓ ਪਤਾ ਲੱਗੂਗਾ ਕੌਣ ਬਾਜੀ ਜਿੱਦਾਂ ਤੇ ਕੌਣ ਹਾਰਦਾ, ਕਿਹਨੂੰ ਕਿਹੜੇ ਵੇਲੇ ਕਿੱਥੇ ਕੌਣ ਮਾਰਦਾ, ਕਿਹਨੂੰ ਕਿਹੜੇ ਵੇਲੇ ਕਿੱਥੇ ਕੌਣ ਮਾਰਦਾ। ਓ ਮਾਈ ਗੋਡ, ਟੋਲ ਲੁੱਕ ਐਟ ਹਾਂਜੀ ਮੁੰਡੇ, ਜਿਵੇਂ ਕਿ ਤੁਸੀਂ ਇੰਟਰੋ ਵੇਖ ਕੇ ਸਮਝ ਹੀ ਗਏ ਹੋਗੇ, ਅੱਜ ਦੀ ਵੀਡੀਓ ਹੋਣ ਜਾ ਰਹੀ ਹੈ ਰੈਸਲਿੰਗ ਦੀ। ਅਤੇ ਤੁਸੀਂ ਕਦੇ ਨਾ ਕਦੇ ਰੈਸਲਿੰਗ ਦੇ ਫੈਨ ਜ਼ਰੂਰ ਰਹੇ ਹੋਗੇ, ਅਤੇ ਰੈਸਲਿੰਗ ਦੀਆਂ ਗੇਮਾਂ 2-player ਕਰਕੇ ਆਪਦੇ ਦੋਸਤਾਂ ਯਾਰਾਂ ਮਿੱਤਰਾਂ ਨਾਲ ਜ਼ਰੂਰ ਖੇਡੀਆਂ ਹੋਣਗੀਆਂ। ਬਾਕੀ ਗੱਲ ਜੇ ਅੱਜ ਦੀ ਵੀਡੀਓ ਦੀ ਕਰੀਏ, ਅੱਜ ਦੀ ਵੀਡੀਓ ਦੇ ਵਿੱਚ ਹੋਣ ਜਾ ਰਿਹਾ ਸਾਨਾ ਦਾ ਭੇੜ, ਅਤੇ ਅੱਜ ਹੋਊਗਾ ਖੂਨੀ ਖੇਡ ਮੁੰਡਿਓ। ਅੱਜ ਦੀ ਵੀਡੀਓ 'ਚ 2 7-foot ਨੌਜਵਾਨ ਉੱਚੇ ਲੰਮੇ ਗੱਭਰੂਆਂ ਦੇ ਵਿਚਕਾਰ ਸ਼ਿਕਾਗੋ ਦੀ ਧਰਤੀ 'ਤੇ ਹੋਣ ਜਾ ਰਿਹਾ ਮੁਕਾਬਲਾ WWE 2K24 ਗੇਮ ਦੇ ਵਿੱਚ। ਅਤੇ ਪਹਿਲੇ ਦਾ ਨਾਮ ਹੈ ਦਾ ਦਲੀਪ ਸਿੰਘ, ਆਪਣਾ ਪੰਜਾਬੀ ਸ਼ੇਰ ਦਾ ਗ੍ਰੇਟ ਖਲੀ ਮੁੰਡਿਓ, ਅਤੇ ਦੂਜੇ ਦਾ ਨਾਮ ਹੈ ਡੈੱਡ ਮੈਨ ਰੈਸਟ ਇਨ ਪੀਸ ਅੰਡਰਟੇਕਰ ਮੁੰਡਿਓ। ਅਤੇ ਇਹਨਾਂ ਦੇ ਮੈਚ ਨੇ 2009 ਦੇ ਵਿੱਚ ਹਿਸਟਰੀ ਕ੍ਰੀਏਟ ਕੀਤੀ ਸੀ, ਅਤੇ ਅੱਜ ਆਪਾਂ ਉਸੇ ਹਿਸਟਰੀ ਨੂੰ ਰੀਕ੍ਰੀਏਟ ਕਰਨ ਜਾ ਰਹੇ ਹਾਂ ਮੁੰਡਿਓ। ਅਤੇ ਜੇ ਤੁਸੀਂ ਆਪਣੇ ਚੈਨਲ 'ਤੇ ਨਵੇਂ, ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸ ਦੇਣੀ ਚਾਹੁੰਦਾ, ਆਪਾਂ ਪਹਿਲਾਂ ਵੀ ਇਹੋ ਜਿਹੀਆਂ OMG ਮੂਵਮੈਂਟਾਂ ਕ੍ਰੀਏਟ ਕਰਦੇ ਰਹੇ ਹਾਂ, ਪਰ ਪਹਿਲਾਂ ਆਪਾਂ OMG ਮੂਵਮੈਂਟਾਂ ਕ੍ਰੀਏਟ ਆਪਾਂ ਸ਼ੋਰਟ ਫੋਰਮ ਵੀਡੀਓ ਦੇ ਵਿੱਚ ਕਰਦੇ ਸੀ। ਅਤੇ ਅੱਜ ਆਪਾਂ ਪਹਿਲੀ ਵੱਡੀ ਵੀਡੀਓ ਤਿਆਰ ਕਰਨ ਜਾ ਰਹੇ ਹਾਂ। ਇਹ ਵੀਡੀਓ ਦੇ ਵਿੱਚ ਆਪਾਂ ਅੰਡਰਟੇਕਰ ਵਰਸਿਸ ਗ੍ਰੇਟ ਖਲੀ ਦਾ ਮੈਚ ਰੀਕ੍ਰੀਏਟ ਕਰਾਂਗੇ ਮੁੰਡਿਓ। ਅਤੇ ਜੇ ਤੁਹਾਨੂੰ ਇਹ ਵੀਡੀਓ ਥੋੜ੍ਹੀ ਮੋਟੀ ਵਧੀਆ ਲੱਗ ਰਹੀ ਹੋਵੇ, ਤਾਂ ਆਪਾਂ ਨੂੰ ਐਪਰੀਸ਼ੀਏਟ ਜ਼ਰੂਰ ਕਰਿਓ, ਅਤੇ ਆਪਣੀ ਵੀਡੀਓ ਨੂੰ ਲਾਈਕ ਕਰਿਓ, ਅਤੇ ਆਪਣੇ ਦੋਸਤਾਂ ਯਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ। ਅਤੇ ਜੇ ਤੁਸੀਂ ਹੋਰ ਵੀ ਇਹੋ ਜਿਹੀਆਂ ਗੇਮਾਂ ਦੀਆਂ ਵੀਡੀਓ ਪੰਜਾਬੀ ਦੇ ਵਿੱਚ ਦੇਖਣਾ ਚਾਹੁੰਦੇ ਹੋ, ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਹੇਠਲੇ ਪਾਸੇ ਤੁਹਾਨੂੰ ਲਾਲ ਕਲਰ ਦਾ ਸਬਸਕ੍ਰਾਈਬ ਦਾ ਬਟਨ ਮਿਲਦਾ ਹੋਊਗਾ, ਅਤੇ ਉਹ ਘਸਾ ਦਿਓ ਮੁੰਡਿਓ। ਸੋ ਲੈਟਸ ਕ੍ਰੀਏਟ ਦਾ ਹਿਸਟਰੀ ਮੁੰਡਿਓ। ਹਾਂਜੀ ਸਤਿ ਸ਼੍ਰੀ ਅਕਾਲ ਮੁੰਡੇ, ਅੱਜ ਦੀ ਕਹਾਣੀ ਸ਼ੁਰੂ ਹੁੰਦੀ ਹੈ 2006 ਤੋਂ, ਜਦੋਂ ਪੰਜਾਬੀ ਸ਼ੇਰ ਨੇ ਪਹਿਲੀ ਵਾਰੀ ਪਾਇਆ ਸੀ ਮੈਦਾਨ 'ਚ ਪੈਰ। ਉਦੋਂ ਤੋਂ ਹੀ ਸ਼ੁਰੂ ਹੋ ਗਏ ਸੀ ਉਹਦੇ ਵੈਰ, ਆਡੀਅੰਸ 'ਤੇ ਅੰਡਰਟੇਕਰ ਹੋ ਗਏ ਸੀ ਸ਼ੌਕ, ਜਦੋਂ ਪਹਿਲੀ ਵਾਰੀ ਕਰਕੇ ਆਇਆ ਚੋਬਰ ਮੈਦਾਨ 'ਚ ਵੋਕ, ਭੁੱਲ ਗਏ ਸੀ ਸੀਨੇ 'ਤੇ ਰੌਕ ਨੂੰ ਵੇਖ ਕੇ, ਚੋਬਰ ਦੀ ਵੈਲੀਆਂ ਵਾਲੀ ਵੋਕ ਨੂੰ ਵੇਖ ਕੇ, ਚੋਬਰ ਦੀ ਵੈਲੀਆਂ ਵਾਲੀ ਵੋਕ ਨੂੰ। ਇੱਕ ਨੰਬਰ ਦਾ ਮਾਹੌਲ ਹੋਇਆ ਪਿਆ, ਚੀਕਾਂ ਵੱਜ ਰਹੀਆਂ ਆਡੀਅੰਸ ਦੇ ਵਿੱਚ, ਗਰਮਾ ਗਰਮੀ ਵਧੀ ਹੋਈ ਹੈ, ਕਹਿੰਦੇ ਸਾਰੀਆਂ ਰੱਸੀਆਂ ਦੇ ਉੱਤੋਂ ਦੀ ਟੱਪ ਗਿਆ, ਕਹਿੰਦੇ ਮੁੰਡੇ ਦਾ ਕੱਦ ਬਹੁਤ ਹੈ, ਅਤੇ ਕਹਿੰਦੇ ਅੱਜ ਵਾਲੀ ਵੀਡੀਓ ਦੇ ਵਿੱਚ ਮੁੰਡਿਓ ਅੱਗ ਬਹੁਤ ਹੈ, ਅੱਜ ਵਾਲੀ ਵੀਡੀਓ ਦੇ ਵਿੱਚ ਮੁੰਡਿਓ ਅੱਗ ਬਹੁਤ ਹੈ, ਅੱਗ ਬਹੁਤ ਹੈ। ਇੱਥੇ ਰੱਖ ਕਹਿੰਦੇ ਮਾਰਿਆ ਲੱਥਾ ਕਰਤਾ ਢੇਰ ਨੂੰ, ਕਹਿੰਦੇ ਆ ਪੰਜਾਬ ਦਾ ਸ਼ੇਰ ਅੰਡਰਟੇਕਰ, ਕਹਿੰਦਾ ਮੈਂ ਵੀ ਕਿਸੇ ਤੋਂ ਘੱਟ ਨਹੀਂ, ਪਰ ਜੱਟਾਂ ਸਾਹਮਣੇ ਉਹਦਾ ਚੱਲਦਾ ਵਸ ਨਹੀਂ, ਪੱਟ ਤਾਂ ਟਰਮ ਬੱਕਲ ਲਾ ਤਾ ਖੁੰਜੇ, ਕਹਿੰਦਾ ਜੋ ਸੀ ਨਾਢੂ ਖਾਂ ਖਵਾਉਂਦਾ, ਜਿਹਨੂੰ ਹੱਥ ਨਹੀਂ ਸੀ ਕੋਈ ਪਾਉਂਦਾ, ਅੱਜ ਧੱਕੇ ਚੜ ਗਿਆ ਯਾਰਾਂ ਦੇ, ਉਹ ਕਿਸਮਤ ਖੋਟੀ ਦਾ ਦੇ, ਵੇਖ ਰਗੜ ਕੇ ਰੱਖਤਾ ਨਹੀਂ ਅੱਜ ਵੈਲੀ ਚੋਟੀ ਦਾ, ਵੇਖ ਰਗੜ ਕੇ ਰੱਖਤਾ ਨਹੀਂ ਅੱਜ ਵੈਲੀ ਚੋਟੀ ਦਾ। ਅਤੇ ਹਾਂਜੀ ਮੁੰਡੇ, ਹੋਏ ਸੀ ਅੱਜ ਦੀ ਆਪਣੀ ਵੀਡੀਓ, ਅਤੇ ਜੇ ਤੁਹਾਨੂੰ ਮਾੜੀ ਮੋਟੀ ਵੀ ਆਪਣੀ ਵੀਡੀਓ ਵਧੀਆ ਲੱਗੀ ਹੋਵੇ, ਆਪਣੇ ਕੰਮ ਨੂੰ ਐਪਰੀਸ਼ੀਏਟ ਜ਼ਰੂਰ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਆਪਣੇ ਦੋਸਤਾਂ ਯਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ, ਅਤੇ ਜੇ ਹੋਰ ਵੀ ਇਹੋ ਜਿਹੀਆਂ ਵੀਡੀਓ ਵੇਖਣਾ ਚਾਹੁੰਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਗ੍ਰੇਟ ਖਲੀ ਦਾ ਡੈਬਿਊ ਮੈਚ ਸੀ ਜਿਹੜਾ, ਉਹ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੰਮ ਬਹੁਤ ਔਖਾ ਸੀ, ਪਰ ਜੱਟਾ ਫਿਰ ਵੀ ਆਪਾਂ ਕੀਤਾ, ਅਤੇ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਅਗਲੀ ਵੀਡੀਓ 'ਚ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਬਾਕੀ ਥੈਂਕ ਯੂ ਸੋ ਮੱਚ ਮੁੰਡਿਓ, ਸੀ ਯੂ ਗਾਇਜ਼ ਇਨ ਅਨਦਰ ਵੀਡੀਓ।